ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਵਿੱਚ ਸਿੱਖਾਂ ਦੇ ਉੱਤੇ ਹਮਲੇ, ਤਸ਼ੱਦਦ, ਉਸ ਤੋਂ ਬਾਅਦ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਹਮਲੇ, ਐਸੀਆਂ ਅਨੇਕਾਂ ਹੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਚਾਹੇ ਗੱਲ ਉੱਤਰਾਖੰਡ ਦੀ ਹੋਵੇ, ਯੂਪੀ ਦੀ ਹੋਵੇ, ਹਰਿਆਣੇ ਦੀ ਹੋਵੇ ਜਾਂ ਫਿਰ ਦਿੱਲੀ ਦੀ, ਅਕਾਲ ਚੈਨਲ ਐਸੀਆਂ ਬਹੁਤ ਸਾਰੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਂਦਾ ਰਹਿੰਦਾ, ਕਿਉਂਕਿ ਇੱਕ ਸੁਹਿਰਦ ਮੀਡੀਆ ਪੰਥਕ ਮੀਡੀਆ ਹੋਣ ਦਾ ਫਰਜ਼ ਇਹ ਹੁੰਦਾ ਕਿ ਜਿੱਥੇ ਜਿੱਥੇ ਵੀ ਕਿਸੇ ਦੇ ਨਾਲ ਜ਼ਿਆਦਤੀ ਹੁੰਦੀ ਹੈ ਉਹ ਖਬਰ ਸੰਗਤ ਤੱਕ ਪਹੁੰਚਾਈ ਜਾਵੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸੀਆਂ ਘਟਨਾਵਾਂ ਨਾ ਵਾਪਰਨ। ਸੋ ਐਸੀਆਂ ਗੰਭੀਰ ਘਟਨਾਵਾਂ ਜਿਹਦੇ ਵਿੱਚ ਸਿੱਖਾਂ ਦੇ ਪਰਿਵਾਰਾਂ ਨੂੰ ਟਾਰਗੇਟ ਕੀਤਾ ਜਾਣਾ, ਪਿੱਛੇ ਜਿਹੇ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਹਰਿਆਣੇ ਦੇ ਵਿੱਚ ਇੱਕ ਸਿੱਖ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ, ਜੋ ਬੀਬੀ ਗਰਭਵਤੀ ਸੀ ਉਹਦੇ ਉੱਤੇ ਵੀ ਹਮਲਾ ਕੀਤਾ ਗਿਆ, ਦਾੜੀਆਂ ਤੱਕ ਪੁੱਟੀਆਂ ਗਈਆਂ, ਦਸਤਾਰਾਂ ਦੇ ਰੋਲ ਦਿੱਤੀਆਂ ਗਈਆਂ, ਐਸੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ। ਇਸੇ ਤਰ੍ਹਾਂ ਦੀ ਇੱਕ ਵੱਡੀ ਘਟਨਾ ਹੁਣ ਸਾਡੇ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਚਰਚਾ ਦੇ ਵਿੱਚ ਹੈ। ਜ਼ਿਲ੍ਹਾ ਪਟਿਆਲੇ ਦੇ ਪਿੰਡ ਅਰਨੇਟੂ ਵਿਖੇ ਵਾਪਰੀ ਇਹ ਘਟਨਾ, ਜਿੱਥੇ ਦੱਸਿਆ ਜਾਂਦਾ ਕਿ ਸਿੱਖਾਂ ਦੀ ਗਿਣਤੀ ਘੱਟ ਹੈ ਅਤੇ ਪ੍ਰੇਮੀਆਂ ਦੀ, ਸਰਸੇ ਵਾਲੇ ਸਾਧ ਦੇ ਜਿਹੜੇ ਪ੍ਰੇਮੀ ਨੇ, ਤੁਸੀਂ ਜਾਣਦੇ ਹੋ ਪ੍ਰੇਮੀਆਂ ਦੇ ਕਾਰੇ ਵੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਗੰਭੀਰ ਉਹਨਾਂ ਨੇ ਐਸੇ ਕਾਰਜ ਕੀਤੇ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰ ਲੈਣਾ, ਉਸ ਤੋਂ ਬਾਅਦ ਕੰਧਾਂ ਦੇ ਉੱਤੇ ਪੋਸਟਰ ਲਾ ਦੇਣੇ। ਸਰਸੇ ਵਾਲਾ ਸਾਧ ਅੱਜ ਆਪ ਚਾਹੇ ਜੇਲ੍ਹ ਦੇ ਵਿੱਚ ਹੈ, ਪਰ ਪ੍ਰੇਮੀ ਜਿਹੜੇ ਹੈਗੇ ਇਸੇ ਤਰ੍ਹਾਂ ਸਿੱਖਾਂ ਦੇ ਨਾਲ ਨਫ਼ਰਤ ਜਾਂ ਕਹੀਏ ਕਿ ਇੱਕ ਦੁਸ਼ਮਣੀ ਵਾਲਾ ਬਿਹੇਵ ਜਿਹੜਾ ਕਰਦੇ ਆ ਰਹੇ ਨੇ। ਬਹੁਤ ਸਾਰੀਆਂ ਐਸੀਆਂ ਘਟਨਾਵਾਂ ਜਿਹੜੀਆਂ ਸਿੱਖਾਂ ਦੇ ਵਿਰੁੱਧ ਕੀਤੀਆਂ ਜਾਂਦੀਆਂ। ਸਰਸੇ ਵਾਲਾ ਸਾਧ 2008 ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਕਲ ਕਰਦਾ ਅਤੇ ਸਿੱਖਾਂ ਦੇ ਵਿਰੋਧ ਕਰਨ ਦੇ ਉੱਤੇ ਉੱਥੋਂ ਇੱਕ ਵੱਡਾ ਜਿਹੜਾ ਵਿਰੋਧ ਸ਼ੁਰੂ ਹੋ ਜਾਂਦਾ ਸਰਸੇ ਵਾਲੇ ਸਾਧ ਦੇ ਨਾਲ, ਅਤੇ ਸਿੱਖਾਂ ਦੇ ਵਿੱਚ ਸ਼ਹੀਦੀਆਂ ਹੁੰਦੀਆਂ, ਬਹੁਤ ਕੁਛ ਐਸਾ ਹੁੰਦਾ। ਫਿਰ ਅਖੀਰ 2015 ਦੇ ਵਿੱਚ ਬੇਅਦਬੀਆਂ ਦਾ ਜਿਹੜਾ ਸਿਲਸਿਲਾ ਸ਼ੁਰੂ ਹੁੰਦਾ, ਅੱਜ ਐਸਾ ਚਲਾਣ ਵੀ ਅਦਾਲਤ ਦੇ ਵਿੱਚ ਪੇਸ਼ ਹੋ ਚੁੱਕਿਆ ਜੋ SIT ਨੇ ਬਣਾਇਆ ਕਿ ਸਰਸੇ ਸਾਧ ਦੀ ਜਿਹੜੀ ਸਾਰੀ ਮਿਲੀ ਭੁਗਤੇ ਦੇ ਵਿੱਚ ਹੈਗੀ ਹੈ। ਪਰ ਅੱਜ ਵੀ ਜੇ ਆਪਾਂ ਉਹ ਦੇਖੀਏ ਕਿ ਉਹ ਪ੍ਰੇਮੀ ਜਿਹੜੇ ਸਰਸੇ ਵਾਲੇ ਸਾਧ ਦੇ ਬਲਾਤਕਾਰ ਕਰਨ ਤੋਂ ਬਾਅਦ ਅੰਦਰ ਜਾਣ ਤੋਂ ਬਾਅਦ ਵੀ ਅੱਜ ਉਸ ਨੂੰ ਰੱਬ ਮੰਨ ਰਹੇ ਨੇ ਅਤੇ ਉਹਦੇ ਜਿਹੜੇ ਅੰਦਰ ਜਾਣ ਦੇ ਫਲਸਵਰੂਪ ਸਿੱਖਾਂ ਦੇ ਉੱਤੇ ਹਮਲੇ ਕਰਨ ਤੋਂ ਬਾਅਦ ਨਹੀਂ ਆਉਂਦੇ। ਪਟਿਆਲੇ ਜ਼ਿਲ੍ਹੇ ਦਾ ਇਹ ਪਿੰਡ ਅਰਨੇਟੂ, ਜਿੱਥੇ ਜੋ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਸਿੱਖਾਂ ਦੀ ਗਿਣਤੀ ਦੱਸੀ ਜਾਂਦੀ ਹੈ ਘੱਟ ਹੈ ਅਤੇ ਪ੍ਰੇਮੀਆਂ ਦੀ ਜ਼ਿਆਦਾ, ਪ੍ਰੇਮੀਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ, ਵਿਰੋਧ ਕਰਨ ਦੇ ਉੱਤੇ ਸਿੱਖਾਂ ਨੂੰ ਜ਼ਖਮੀ ਕੀਤਾ ਗਿਆ, ਬੁਰੀ ਤਰ੍ਹਾਂ ਮਾਰਕੁੱਟ ਕੀਤੀ ਗਈ। ਆਓ ਦੇਖਦੇ ਹਾਂ ਸਭ ਤੋਂ ਪਹਿਲਾਂ ਜਿਹੜੀ ਵੀਡੀਓ ਸਾਡੇ ਕੋਲ ਪਹੁੰਚੀ ਹੈ, ਕਿਵੇਂ ਇਹ ਜਿਹੜਾ ਸਾਰਾ ਘਟਨਾ ਜਿਹੜੀ ਵਾਪਰੀ ਹੈ ਇਸ ਵੀਡੀਓ ਦੇ ਵਿੱਚ ਕਿਸੇ ਵੀਰ ਵੱਲੋਂ ਆਪਣੇ ਮੋਬਾਈਲ ਦੇ ਵਿੱਚ ਰਿਕਾਰਡ ਕੀਤੀ ਗਈ ਹੈ। ਦੇਖਦੇ ਹਾਂ ਇਹ ਵੀਡੀਓ। ਹਰਪਾਲ ਪਾਲੇ ਉੱਪਰਾ ਉੱਪਰਾ ਜੋ ਪਰ ਸਾਰੇ ਚੜ੍ਹੇ ਸਾਰੇ ਚੜ੍ਹੇ ਗੱਲ ਕਾਹੀ ਜਿਤਾ ਰਿਹਾ ਤੈ ਈ ਡਰਾ ਮਾਰ ਜੋ ਸੋ ਸੰਗਤ ਜੀ, ਤੁਸੀਂ ਦੇਖੀ ਹੈ ਇਹ ਦਿਲ ਦਹਿਲਾਉਣ ਵਾਲੀ ਵੀਡੀਓ ਜਿਹਦੇ ਵਿੱਚ ਸਿੱਖ ਨੌਜਵਾਨਾਂ ਨੂੰ ਕੁੱਟਿਆ ਜਾ ਰਿਹਾ, ਉਹਨਾਂ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਵੀ ਜਾ ਰਿਹਾ। ਬਹੁਤ ਸਾਰੇ ਲੋਕ, ਇੱਕ 84 ਵਾਲਾ ਮਾਹੌਲ ਜੇ ਆਪਾਂ ਕਹੀਏ, ਨਵੰਬਰ 84 ਦੇ ਵਿੱਚ ਇੱਕ ਸਿੱਖ ਨੂੰ ਜਿਹੜੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਸ ਵੇਲੇ ਜਿਹੜੇ ਗੁੰਡਾ ਅਨਸਰ ਸੀ ਉਹਨਾਂ ਕੋਲੋਂ ਕੁੱਟਿਆ ਗਿਆ, ਉਹਨੂੰ ਮਾਰਿਆ ਗਿਆ, ਉਸੇ ਤਰ੍ਹਾਂ ਦਾ ਮਾਹੌਲ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਦਾ। ਬਾਰ ਬਾਰ ਘਟਨਾਵਾਂ ਐਸੀਆਂ ਹੁੰਦੀਆਂ ਨੇ ਅਤੇ ਅੱਜ ਇਹ ਘਟਨਾ ਵਾਪਰੀ ਹੈ। ਗੁਰਦੁਆਰਾ ਸਾਹਿਬਾਨ ਜਿਹੜਾ ਕਹੀਏ ਕਿ ਸਾਂਝੀਵਾਲਤਾ ਦਾ ਪ੍ਰਤੀਕ ਹੁੰਦਾ, ਉਹਦੇ ਉੱਤੇ ਵੀ ਅਟੈਕ ਕਰਨ
ਤੋਂ ਇਹੋ ਜਿਹੇ ਲੋਕ ਜਿਹੜੇ ਹੈਗੇ ਆ ਉਹ ਝਿਜਕਦੇ ਨਹੀਂ। ਸ਼ਾਇਦ ਇਹਨਾਂ ਨੂੰ ਡੇਰਾ ਸਿਰਸਾ ਦੇ ਵਿੱਚੋਂ ਜਾਂ ਰਾਮ ਰਹੀਮ ਦੇ ਕੋਲੋਂ ਐਸੀ ਹੀ ਇਹਨਾਂ ਨੂੰ ਜਿਹੜੀ ਹੈ ਸਿੱਖਿਆ ਮਿਲੀ ਹੋਈ ਹੈ ਕਿ ਕਿਸੇ ਧਰਮ ਦਾ ਕਿਸ ਤਰ੍ਹਾਂ ਨਿਰਾਦਰ ਕਰਨਾ। ਇਹ ਘਟਨਾ ਵਾਪਰੀ ਹੈ, ਇਹਦੇ ਉੱਤੇ ਕੀ ਐਕਸ਼ਨ ਜਿਹੜੀ ਹੈ ਸਰਕਾਰ ਲਏਗੀ, ਪੁਲਿਸ ਪ੍ਰਸ਼ਾਸਨ ਲਏਗਾ, ਜਾਂ ਉੱਥੋਂ ਦੀਆਂ ਸਥਾਨਕ ਜਿਹੜੀਆਂ ਜਥੇਬੰਦੀਆਂ ਹੈਗੀਆਂ, ਪੰਜਾਬ ਭਰ ਦੇ ਵਿੱਚੋਂ ਉੱਥੇ ਦੇ ਜਿਹੜੇ ਸਿੱਖ ਹੈਗੇ ਉਹਨਾਂ ਵੱਲੋਂ ਸਾਨੂੰ ਮਦਦ ਦੀ ਗੁਹਾਰ ਲਾਈ ਜਾ ਰਹੀ ਹੈ। ਪਟਿਆਲਾ ਇੱਕ ਪੰਜਾਬ ਦਾ ਵੱਡਾ ਸ਼ਹਿਰ ਹੈ। ਹਮੇਸ਼ਾ ਆਪਾਂ ਇਹ ਦੇਖਦੇ ਹਾਂ ਕਿ ਪੰਜਾਬ ਜਿੱਥੇ ਖਾਲਸੇ ਦੀ ਧਰਤੀ ਵੀ ਮੰਨੀ ਜਾਂਦੀ ਹੈ, ਅੱਜ ਉਸੇ ਧਰਤੀ ਦੇ ਉੱਤੇ ਸਿੱਖਾਂ ਦੇ ਉੱਤੇ ਅਟੈਕ ਸ਼ੁਰੂ ਹੋ ਗਏ ਆ। ਇਹ ਕੋਈ ਨਵੀਂ ਗੱਲ ਨਹੀਂ, ਪਰ ਵਾਰ ਵਾਰ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਅਤਿ ਮੰਦਭਾਗੀਆਂ ਨੇ। ਪੁਲਿਸ ਪ੍ਰਸ਼ਾਸਨ ਵੈਸੇ ਤਾਂ ਆਪਾਂ ਇਹ ਕਹਿੰਦੇ ਹਾਂ ਕਿ ਬਹੁਤ ਕੁਛ ਐਸਾ ਕਰਦਾ, ਸਵਾਲਾਂ ਦੇ ਘੇਰੇ ਦੇ ਵਿੱਚ ਵੀ ਰਹਿੰਦਾ, ਪਰ ਜਦੋਂ ਐਸੀ ਘਟਨਾ ਕਿਸੇ ਸਿੱਖ ਨਾਲ ਵਾਪਰਦੀ ਹੈ ਤਾਂ ਕੋਈ ਵੱਡਾ ਐਕਸ਼ਨ ਨਹੀਂ ਲਿਆ ਜਾਂਦਾ। ਇਸ ਵਾਰ ਲੋੜ ਹੈ, ਸਥਾਨਕ ਲੀਡਰਾਂ ਨੂੰ ਵੀ ਬੇਨਤੀ ਕਰਦੇ ਹਾਂ, ਕੈਪਟਨ ਅਮਰਿੰਦਰ ਸਿੰਘ ਨੂੰ ਜੋ ਸੂਬੇ ਦੇ ਮੁੱਖ ਮੰਤਰੀ ਨੇ, ਜੋ ਹਮੇਸ਼ਾ ਇਹ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ ਕੁਛ ਵੀ ਕਰ ਸਕਦੇ ਹਾਂ, ਪਰ ਜਦੋਂ ਸਿੱਖਾਂ ਦੇ ਉੱਤੇ ਐਸਾ ਜਿਹੜਾ ਤਸ਼ੱਦਦ ਹੁੰਦਾ ਤਾਂ ਉਹਨਾਂ ਦਾ ਵੀ ਕੋਈ ਬਿਆਨ ਨਹੀਂ ਆਉਂਦਾ। ਸੋ ਅਪੀਲ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਨੂੰ, ਪੰਜਾਬ ਦੇ DGP ਨੂੰ, ਪੰਜਾਬ ਪੁਲਿਸ ਨੂੰ, ਕਿ ਇਹ ਜਿਹੜੀ ਘਟਨਾ ਹੋਈ ਹੈ ਇਹਦੇ ਵਿੱਚ ਸਿੱਖਾਂ ਦਾ ਸਾਥ ਦਿੱਤਾ ਜਾਵੇ, ਉਹਨਾਂ ਦੇ ਨਾਲ ਜਿਹੜਾ ਦੁਰਵਿਵਹਾਰ ਹੋਇਆ ਉਹਦੇ ਜਿਹੜੇ ਪਰਚੇ ਕੱਟੇ ਜਾਣ, ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਹੋਰ ਜਿਹੜੀ ਜਾਣਕਾਰੀ ਹੋਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਦੇਖਦੇ ਰਹੋ ਅਕਾਲ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।